ਸਾਡੇ ਨਾਲ ਸੁਖਪਾਲ ਸਿੰਘ ਖਹਿਰਾ ਜਿਹੜੇ 10 ਵਿਧਾਇਕਾਂ ਨੇ ਚਿੱਠੀ ਲਿਖੀ ਹੈ ਆਪਣਾ ਪ੍ਰੈਸ ਬਿਆਨ ਜਾਰੀ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਉਹਨਾਂ 'ਚ ਸੁਖਪਾਲ ਸਿੰਘ ਖਹਿਰਾ ਨੇ ਉਹ ਸਾਡੇ ਨਾਲ ਨੇ ਉਹਨਾਂ ਨੂੰ ਤੁਹਾਨੂੰ ਤਾਂ ਜਾਣਦੇ ਵੀ ਇਹਨਾਂ ਦਾ ਕਿਉਂ ਇਹ ਖਤ ਲਿਖਿਆ ਪ੍ਰੈਸ 'ਚ ਰਿਲੀਜ਼ ਜਾਰੀ ਕੀਤੀ ਹੈ ਅਤੇ ਉਹਨਾਂ ਦਾ ਕਹਿਣ ਦਾ ਮਤਲਬ ਕੀ ਹੈ ਸੁਖਪਾਲ ਜੀ ਤੁਸੀਂ ਉਹ ਜਿਹੜਾ ਪ੍ਰੈਸ ਲਈ ਜਾਰੀ ਕੀਤੀ ਹੈ 10 ਵਿਧਾਇਕਾਂ ਨੇ ਜਿਹਦੇ 'ਚ ਤੁਸੀਂ ਪ੍ਰੋਮੀਨੈਂਟਲੀ ਤੁਸੀਂ ਵੀ ਹੈਗੇ ਅਤੇ ਕੀ ਕੀ ਮਕਸਦ ਹੈ ਤੁਹਾਡਾ ਕੀ ਕਹਿਣਾ ਬੇਸਿਕਲੀ ਬੱਲੇ ਜੀ ਇਟਸ ਅ ਵੈਰੀ ਪੋਜ਼ਿਟਿਵ ਐਂਡ ਵੈਰੀ ਬੈਲੈਂਸ ਸਟੇਟਮੈਂਟ ਉਹਦੇ ਸਿਰਫ ਅਸੀਂ ਇਹ ਅਪੀਲ ਕਰ ਰਹੇ ਹਾਂ ਕਿ ਦੇਖੋ ਪ੍ਰੈਜ਼ੀਡੈਂਟ ਲਾਉਣਾ ਕਾਂਗਰਸ ਹਾਈ ਕਮਾਂਡ ਦੇ ਅਧਿਕਾਰ ਖੇਤਰ ਵਿੱਚ ਆ ਉਹ ਕਿਸੇ ਨੂੰ ਵੀ ਲਾਉਣਗੇ ਉਹ ਸਾਰੇ ਪ੍ਰਵਾਨ ਕਰਨਗੇ ਸਵੀਕਾਰ ਕਰਨਗੇ ਜਦ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਕਿ ਅਸੀਂ ਸੋਨੀਆ ਗਾਂਧੀ ਜੀ ਦਾ ਜਿਹੜਾ ਕੀਤਾ ਹੋਇਆ ਐਲਾਨ ਹੈ ਉਹ ਸਾਨੂੰ ਸਵੀਕਾਰ ਹੋਵੇਗਾ ਤੇ ਅਸੀਂ ਤਾਂ ਸਿਰਫ ਇਹ ਕਿਹਾ ਕਿ ਆਫਟਰ ਆਲ ਕੈਪਟਨ ਅਮਰਿੰਦਰ ਸਿੰਘ ਪਿਛਲੇ ਕਾਫੀ ਦਹਾਕਿਆਂ ਤੋਂ ਨਾ ਉਹਨਾਂ ਨੇ ਇੱਕ ਆਪਣਾ ਮੁਕਾਮ ਬਣਿਆ ਉਹਨਾਂ ਦਾ ਲੋਕਾਂ ਦੇ ਵਿੱਚ ਕੁਛ ਇਸ਼ੂਜ ਕਰਕੇ ਜਿਹੜੇ ਮੈਂ ਬੇ ਬ੍ਰੌਡਲੀ ਆਊਟਲਾਈਨ ਕਰਾਂ ਤਾਂ 1984 ਦੇ ਹਮਲੇ ਤੋਂ ਬਾਅਦ ਜਿਹੜੀ ਪਹਿਲੀ ਲੈਜੀਟੀਮੇਟ ਸਰਕਾਰ ਬਣੀ ਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਬਣੀ ਆ ਉਹ ਤਾਂ ਬਣੀ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਜਾਂ ਸਿੱਖਾਂ ਨੂੰ ਇਹ ਸੀਗਾ ਕਿ ਹਾਂ ਇਸ ਆਦਮੀ ਨੇ 1984 ਦੇ ਵਿਰੋਧ ਵਿੱਚ ਵੀ ਬਤੌਰ ਮੈਂਬਰ ਪਾਰਲੀਮੈਂਟ ਪਟਿਆਲੇ ਤੋਂ ਅਸਤੀਫਾ ਦਿੱਤਾ ਸੀ ਫਿਰ ਇਹ ਜਦੋਂ ਬਰਨਾਲਾ ਕੈਬਨਿਟ ਵਿੱਚ ਦੋ ਵਿਅਕਤੀਆਂ ਨੇ ਰੈਜ਼ਿਗਨੇਸ਼ਨ ਦਿੱਤਾ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਐਗਰੀਕਲਚਰ ਮਿਨਿਸਟਰ ਸੀ ਮੇਰੇ ਪਿਤਾ ਜੀ ਸੀ ਸਰਦਾਰ ਸੁਖਜਿੰਦਰ ਸਿੰਘ ਦੋਨਾਂ ਨੇ ਆਪਰੇਸ਼ਨ ਬਲੈਕ ਥੰਡਰ ਦਾ ਵੀ ਵਿਰੋਧ ਕੀਤਾ ਮੈਂ ਮੋਟਾ ਮੋਟਾ ਆਊਟਲਾਈਨ ਕਰਾਉਣਾ ਫਿਰ 2004 'ਚ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਐਕਟ ਪਾਸ ਕੀਤਾ ਆਪਣੀ ਕੁਰਸੀ ਨੂੰ ਖਤਰੇ 'ਚ ਪਾਇਆ ਐਸ ਵਾਈ ਐਲ ਘੱਟੋ ਘੱਟ ਜ਼ਿਆਦਾ ਦੇਰ ਨਹੀਂ ਤਾਂ 16 ਸਾਲ ਦੀ ਉਦੋਂ ਦੀ ਬਲੌਕਡ ਪਈ ਹੈ ਕੁਛ ਕੰਟਰੀਬਿਊਸ਼ਨ ਉਹਨਾਂ ਦੀਆਂ ਬੜੀਆਂ ਅਹਿਮ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਨਜ਼ਰਅੰਦਾਜ਼ ਨਾ ਕੀਤਾ ਜਾਵੇ ਔਰ ਦੂਸਰਾ ਕਿ ਕੋਈ ਵੀ ਪਾਰਟੀ ਦਾ ਜਿਹੜਾ ਖਾਨਾ ਜੰਗੀ ਜਦੋਂ ਮੀਡੀਆ ਦੇ ਵਿੱਚ ਆਉਂਦੀ ਆ ਉਹਦਾ ਜਿਹੜਾ ਅਲਟੀਮੇਟ ਲੌਸ ਹੀ ਹੁੰਦਾ ਪਾਰਟੀ ਨੂੰ ਓਪੋਨੈਂਟਸ ਨੂੰ ਫਾਇਦਾ ਹੁੰਦਾ ਸੋ ਜਸਟ ਏ ਵਰਡ ਆਫ ਕੌਸ਼ਨ ਐਂਡ ਰਿਫਰੇਨ ਪਰ ਇਹ ਜਿਹੜਾ ਮਤਲਬ ਜਿਹੜੀ ਸਿੱਧੂ ਬਾਰੇ ਤੁਸੀਂ ਡਿਮਾਂਡ ਕੀਤੀ ਹੈ ਵੀ ਸਿੱਧੂ ਜਿਹੜਾ ਉਹ ਅਪੋਲੋਜਾਈਜ਼ ਕਰੇ ਉਹਦਾ ਅਪੋਲੋਜਾਈਜ਼ ਇਸ ਲਈ ਕੀਤਾ ਕਿਉਂਕਿ ਉਹਨਾਂ ਨੇ ਜਿਹੜੇ ਨਿਰੰਤਰ ਟਵੀਟਸ ਕੀਤੇ ਕਾਫੀ ਜ਼ਿਆਦਾ ਮਕਦਾਰ ਦੇ ਵਿੱਚ ਦੇ ਵਰ ਡਾਇਰੈਕਟਲੀ ਹਿਟਿੰਗ ਦਾ ਗਵਰਨਮੈਂਟ ਐਂਡ ਦਾ ਚੀਫ ਮਿਨਿਸਟਰ ਆਈ ਡੋਂਟ ਥਿੰਕ ਕਿ ਐਨੀ ਸੇਨ ਪਰਸਨ ਵੁੱਡ ਅਗਰੀ ਵਿਦ ਦੀ ਆਰਗੂਮੈਂਟ ਕਿ ਉਸ ਟਵੀਟਸ ਨਾਲ ਪਾਰਟੀ ਨੂੰ ਬਹੁਤ ਸਟਰੈਂਥ ਮਿਲੀ ਆ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਉਹਦੇ 'ਚ ਨੁਕਸਾਨ ਹੀ ਹੁੰਦਾ ਵਾ ਤੇ ਇਸ ਕਰਕੇ ਜੇ ਉਹਨਾਂ ਨੇ ਜੇ ਹੁਣ ਉਹ ਫਰਜ਼ ਕਰੋ ਵੱਡੀ ਜ਼ਿੰਮੇਵਾਰੀ ਲੈਂਦੇ ਨੇ ਕੱਲ ਨੂੰ ਲੈਟਸ ਰਿਜ਼ਿਊਮ ਉਹ ਪੀਸੀਸੀ ਦੇ ਪ੍ਰੈਜ਼ੀਡੈਂਟ ਬਣਦੇ ਨੇ ਤੇ ਕੱਲ ਨੂੰ ਫਿਰ ਉਹ ਟਵੀਟ ਤਾਂ ਨਹੀਂ ਨਾ ਕਰਨਗੇ ਚੀਫ ਮਿਨਿਸਟਰ ਦੇ ਖਿਲਾਫ ਅਗਰ ਕੋਈ ਗੱਲਾਂ ਇਸ ਤਰ੍ਹਾਂ ਦੀਆਂ ਸਿਗਨੀਆਂ ਵੀ ਦੇਰ ਇਜ਼ ਆਲਵੇਜ਼ ਪਾਰਟੀ ਫੋਰਮਸ ਕੁਝ ਮਿਨਿਸਟਰ ਕਹਿ ਰਹੇ ਨੇ ਕਿ ਜੀ ਫਲਾਨੇ ਇਸ਼ੂਜ਼ ਦੇ ਉੱਤੇ ਰੈਜ਼ੋਲੂਸ਼ਨ ਨਹੀਂ ਹੋਇਆ ਤੇ ਉਹ ਤਾਂ ਮਿਨਿਸਟਰ ਨੇ 4.5 ਸਾਲ ਨਾਲ ਹੀ ਕੈਬਨਿਟ 'ਚ ਬੈਠਦੇ ਰਹੇ ਨੇ ਉਹ ਸਾਰੀਆਂ ਗੱਲਾਂ ਅੰਦਰ ਕਿਉਂ ਨਹੀਂ ਕਰਦੇ ਰਹੇ ਉਹ ਗੱਲਾਂ ਬਾਹਰ ਆਣ ਕੇ ਕਰਨ ਦੀ ਨੌਬਤ ਕੀ ਆਈ ਇੰਨੀ ਕੀ ਗੱਲ ਹੈਗੀ ਹੈ ਇਸ ਤੋਂ ਜ਼ਿਆਦਾ ਕੋਈ ਅਸੀਂ ਕਿਸੇ ਜਾਤੀ ਕਿਸੇ ਦੇ ਖਿਲਾਫ਼ ਨਹੀਂ ਗਏ ਕਿਸੇ ਦੇ ਕੋਈ ਅਸੀਂ ਨੁਕਤਾਚੀਨੀ ਨਹੀਂ ਕੀਤੀ ਦੈਟ ਇਜ਼ ਆਲ ਜਿਹੜਾ ਤੁਸੀਂ 84 ਵਾਲਾ ਜ਼ਿਕਰ ਕੀਤਾ ਹੈ ਮਤਲਬ ਉਹ ਤੁਸੀਂ ਜਿਸ ਕੰਟੈਕਸਟ ਕੀਤਾ ਤੁਸੀਂ ਦੱਸਿਆ ਪਰ ਉਹ ਆਪਣੇ ਆਪ 'ਚ ਮੈਂਸ਼ਨ ਕਰਨਾ ਜਿਹੜੀ ਕਿਉਂਕਿ ਗਾਂਧੀ ਫੈਮਿਲੀ ਵੀ ਉਹ 'ਚ ਇਨਵੋਲਵ ਰਹੇ ਆ ਉਹਦੇ ਨਾਲ ਜੁੜੇ ਰਹੇ ਆ ਉਹਨਾਂ ਵਾਸਤੇ ਔਕਵਰਡ ਨਹੀਂ ਥੋੜ੍ਹਾ ਲੱਗਦਾ ਮੈਨੂੰ ਨਹੀਂ ਪਤਾ ਇਹ ਦੇਖੋ ਕੁਛ ਗੱਲਾਂ ਜਿਹੜੀਆਂ ਫੈਕਟਸ ਨੇ ਇਹ ਇਤਿਹਾਸ 'ਚੋਂ ਮਿਟਾਈਆਂ ਨਹੀਂ ਜਾ ਸਕਦੀਆਂ ਜਿਹੜੀਆਂ ਅਕਰੰਸਿਸ ਨੇ ਜੀ ਮੈਂ ਤਾਂ ਉਹਦਾ 'ਚੋਂ ਇੱਕ ਵੇਰਵਾ ਦਿੱਤਾ ਵਾ ਕਿ ਇਸ ਵਿਅਕਤੀ ਨੇ ਬਤੌਰ ਮੈਂਬਰ ਪਾਰਲੀਮੈਂਟ ਇਨ ਪ੍ਰੋਟੈਸਟ ਅਸਤੀਫਾ ਦਿੱਤਾ ਸੀ ਠੀਕ ਹੈ ਤੇ ਵੈਸੇ ਤੁਹਾਡੀ ਕੋਈ ਤੁਸੀਂ ਵੀ ਮੇਰੇ ਖਿਆਲ ਤੁਸੀਂ ਵੀ ਮਿਲ ਕੇ ਆਏ ਸੀ ਰਾਹੁਲ ਗਾਂਧੀ ਨੂੰ ਨਹੀਂ ਮੇਰਾ ਤਾਂ ਰੂਟੀਨ ਮੀਟਿੰਗ ਸੀ ਜੀ ਬਿਕੋਜ਼ ਸ਼ਾਮਲ ਹੋਣ ਤੋਂ ਬਾਅਦ ਜੋਇਨਿੰਗ ਦਾ ਪਾਰਟੀ ਇੱਕ ਵਾਰ ਪਹਿਲਾਂ ਕਰਟਸੀ ਕਾਲ ਸੀ ਨਥਿੰਗ ਐਲਸ ਓਕੇ ਮਤਲਬ ਜਿਹੜੀ ਪ੍ਰਧਾਨ ਕਿਹਨੂੰ ਬਣਾਇਆ ਜਾਵੇ ਜਾਂ ਨਾ ਬਣਾਇਆ ਜਾਵੇ ਇਸ ਬਾਰੇ ਤੁਸੀਂ ਕੋਈ ਓਪੀਨੀਅਨ ਨਹੀਂ ਦਿੱਤੀ ਹੈ ਜਾਂ ਲਈ ਨਹੀਂ ਨਹੀਂ ਨਾ ਮੈਂ ਅਸੀਂ ਇਸ ਪ੍ਰੋਸੈਸ ਦਾ ਪਾਰਟ ਹੀ ਨਹੀਂ ਸੀਗੇ ਜੀ ਤੇ ਮੈਂ ਤਾਂ ਦੁਬਾਰਾ ਫਿਰ ਇਹ ਕਹਿ ਸਕਦਾ ਕੈਪਟਨ ਅਮਰਿੰਦਰ ਸਿੰਘ ਨੇ ਜਦ ਕਹਿਤਾ ਕਿ ਜਿਹਨੂੰ ਵੀ ਸੋਨੀਆ ਗਾਂਧੀ ਜੀ ਬਣਾਉਣਗੇ ਓਕੇ ਉਹ ਤਾਂ ਪ੍ਰਵਾਨ ਹੋਵੇਗਾ ਹੀ ਦੈਟਸ ਆਲ ਠੀਕ ਹੈ ਜੀ ਮਿਹਰਬਾਨੀ ਸ਼ੁਕਰੀਆ ਓਕੇ ਜੀ ਸਤਿ ਸ਼੍ਰੀ ਅਕਾਲ